ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਜੋ ਤੁਹਾਨੂੰ ਅੱਜ ਅਸੀਂ ਦਿਖਾਉਣ ਜਾ ਰਹੇ ਹਾਂ ਫਿਸ਼ ਪਾਰਕ ਦੇ ਹਾਲਾਤ ਨੇ। ਫਿਸ਼ ਪਾਰਕ ਦੀ ਬੈਕ ਸਾਈਡ ਤੇ ਜਿਹੜਾ ਟਰੈਕ ਸੀ ਜਿੱਥੇ ਲੋਕ ਰਾਤ ਤੱਕ ਸੈਰ ਕਰਦੇ ਸੀ, ਕਿਉਂਕਿ ਗੁਰਦਾਸਪੁਰ ਇੱਥੇ ਦੱਸਣਯੋਗ ਆ ਕਿ ਗੁਰਦਾਸਪੁਰ ਦਾ ਇੱਕ ਲੌਤਾ ਪਾਰਕ ਆ ਜਿੱਥੇ ਬਹੁਤ ਸੋਹਣਾ ਟਰੈਕ ਬਣਿਆ ਸੀ ਜਿੱਥੇ ਸੈਰ ਹੋ ਸਕਦੀ ਸੀ। ਇਹ ਬੜੇ ਚਿਰਾਂ ਤੋਂ ਲੋਕਾਂ ਨੂੰ ਇਹ ਦਿੱਕਤ ਆ ਰਹੀ ਹੈ ਕਿਉਂਕਿ ਸ਼ਾਮ ਨੂੰ ਇਹਦੀਆਂ ਲਾਈਟਾਂ ਤੁਸੀਂ ਦੇਖੋਗੇ ਕਿ ਇੱਕਦਮ ਬੰਦ ਆ। ਕਾਫੀ ਲੋਕ ਜਿਹੜੇ ਸੈਰ ਕਰ ਰਹੇ ਨੇ, ਕੁਝ ਤੇ ਆਪਣੇ ਮੋਬਾਈਲ ਦੀ ਟਾਰਚ ਜਗਾ ਕੇ ਉਹਦੇ ਨਾਲ ਸੈਰ ਕਰ ਰਹੇ ਨੇ, ਕਿਉਂਕਿ ਕੱਖ ਕਾਂਡ ਬਹੁਤ ਆ, ਕੋਈ ਸੱਪ ਦਾ ਵੀ ਡਰ ਆ। ਮੋਸਟਲੀ ਲੋਕ ਜਿਹੜੇ ਨੇ ਉਹ 7 ਵਜੇ ਜਦੋਂ ਵੀ ਹਨੇਰਾ ਹੋ ਜਾਂਦਾ ਉਹ ਸੈਰ ਕਰਨੀ ਬੰਦ ਕਰ ਦਿੰਦੇ ਨੇ। ਇੱਥੇ ਇਹ ਵੀ ਦੱਸਣਯੋਗ ਆ ਕਿ ਇਹ ਜਿਹੜਾ ਫਿਸ਼ ਪਾਰਕ ਆ ਇਹ ਡਿਪਟੀ ਕਮਿਸ਼ਨਰ ਜੀ ਦੇ ਘਰ ਦੇ ਲਾਗੇ ਨੇ ਅਤੇ ਇੱਧਰ ਸਿਵਲ ਜੱਜ ਨੇ, ਕਿਉਂਕਿ ਇੱਕ ਪੌਚ ਏਰੀਆ ਵਾ ਜਿੱਥੇ ਇਹ ਪਾਰਕ ਬਣਿਆ ਵਾ। ਅਤੇ ਮੋਸਟਲੀ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਸੈਰ ਕਰਦੇ, ਪਰ ਕਿਸੇ ਦਾ ਵੀ ਧਿਆਨ ਇੱਧਰ ਨਹੀਂ ਗਿਆ ਕਿ ਇੱਥੇ ਜਿਹੜੀਆਂ ਉਹ ਲਾਈਟਾਂ ਬੜੇ ਦਿਨਾਂ ਤੋਂ ਬੰਦ ਆ। ਅਤੇ ਜਿਹੜੇ ਇਹ ਵੀ ਕਿਹਾ ਕਿ ਅਸੀਂ ਹਾਇਰ ਅਥਾਰਟੀ ਨੂੰ ਵੀ ਕਹਿ ਚੁੱਕੇ ਹਾਂ ਜਿਹੜੇ ਮਤਲਬ ਕਿ ਲਾਈਟ ਦਾ ਪ੍ਰਬੰਧ ਜਿਨ੍ਹਾਂ ਨੇ ਕਰਨਾ, ਪਰ ਕੋਈ ਵੀ ਜਿਹੜਾ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ। ਸੋ ਅਸੀਂ ਤੁਹਾਨੂੰ ਅੱਜ ਇਸ ਕਰਕੇ ਦਿਖਾਉਣ ਆਏ ਹਾਂ ਕਿਉਂਕਿ ਕਾਫੀ ਲੋਕ ਵਾਂਝੇ ਰਹਿ ਗਏ ਨੇ ਸੈਰ ਤੋਂ, ਕਿਉਂਕਿ ਉਹਨਾਂ ਕੋਲ ਇੰਨਾ ਕਈ ਇੰਨੇ ਸਮਰੱਥ ਵੀ ਨਹੀਂ ਆ ਕਿ ਜਿਹੜੇ ਜਾ ਕੇ ਵੱਡੇ ਵੱਡੇ ਨੇ ਜਿੱਥੇ ਜਾ ਕੇ ਉਹ ਸੈ ਮਤਲਬ ਆਪਣਾ ਆਪਣੀ ਬਾਡੀ ਨੂੰ ਫਿੱਟ ਕਰ ਸਕਣ। ਉਹਨਾਂ ਕੋਲ ਇੱਕੋ ਹੀ ਜ਼ਰੀਆ ਸੀ ਇੱਥੇ ਸੈਰ ਕਰਨ ਦਾ। ਸੋ ਅਸੀਂ ਆਪਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਹਾਲਾਤ ਦਿਖਾਏ ਕਿ ਇਸ ਟਾਈਮ ਦੇਖੋ ਕਿ ਕਿੰਨਾ ਹਨੇਰਾ ਵਾ। ਬੈਕ ਸਾਈਡ 'ਤੇ ਸਿਰਫ ਲਾਈਟਾਂ ਜਿਹੜੀਆਂ ਨੇ ਇੱਕ ਰਾਊਂਡ 'ਤੇ ਜਿਹੜੀਆਂ ਉਹ ਜਗ੍ਹਾ ਲੀਆਂ ਨੇ, ਅਤੇ ਇੱਧਰ ਤੁਸੀਂ ਦੇਖੋਗੇ ਕਾਫੀ ਜਾਣੇ ਜਿਹੜੇ ਉਹ ਮੋਬਾਈਲ ਦੀ ਲਾਈਟ ਜਗਾ ਕੇ ਅਤੇ ਉਹ ਸੈਰ ਕਰ ਰਹੇ ਨੇ, ਕਿਉਂਕਿ ਕਿੰਨੀ ਦਿੱਕਤ ਆ ਰਹੀ ਹੈ ਤੁਸੀਂ ਦੇਖ ਸਕਦੇ ਜੇ। ਅਤੇ ਪਰ ਅੱਜ ਤੁਸੀਂ ਦੇਖੋਗੇ ਕਿ ਇੱਕਦਮ ਇੱਥੇ ਕੋਈ ਵੀ ਵਿਅਕਤੀ ਜੋ ਨਹੀਂ ਲੱਭ ਰਿਹਾ। ਕੁਝ ਹੈਗੇ ਨੇ ਜਿਹੜੇ ਆਪਣੇ ਇੱਥੇ ਜਿਹੜੇ ਓਪਨ ਜਿਮ ਲੱਗਾ ਉੱਥੇ ਕੁਛ ਮਤਲਬ ਐਕਟੀਵਿਟੀਜ਼ ਕਰ ਰਹੇ ਨੇ, ਕਿਉਂਕਿ ਕਾਰਨ ਕੀ ਹੈ, ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜੀ ਲਾਈਟ ਜਿਹੜੀ ਉਹ ਗੁੱਲ ਆ, ਇੱਕ ਸਾਈਡ 'ਤੇ ਤਾਂ ਲਾਈਟ ਆ ਰਹੀ ਹੈ ਬਟ ਜਿੱਥੇ ਮੇਨ ਉਹਨਾਂ ਨੇ ਸੈਰ ਕਰਨੀ ਹੁੰਦੀ ਉਹ ਸਾਈਡ 'ਤੇ ਬੰਦ ਆ। ਕਾਫੀ ਲੋਕ ਜਿਹੜੇ ਉਹ ਟਾਰਚਾਂ ਜਗਾ ਕੇ ਮਤਲਬ ਇੱਥੇ ਸੈਰ ਕਰਦੇ ਨਜ਼ਰ ਆਏ ਨੇ। ਆਓ ਅਸੀਂ ਗੱਲ ਕਰਦੇ ਹਾਂ ਕਿ ਹਾਂ ਵੀ ਇਹ ਜਿਹੜੇ ਇੱਥੇ ਕੋਈ ਮਤਲਬ ਹੈ ਆਪਣੇ ਜਿਮ 'ਚ ਆਏ ਨੇ ਓਪਨ ਜਿਮ 'ਚ, ਕਿ ਇਹਨਾਂ ਨੂੰ ਪੁੱਛਦੇ ਕਿ ਕੋਈ ਦਿੱਕਤ ਆ ਰਹੀ ਇਹਨਾਂ ਨੂੰ। ਆ ਜਾਓ, ਸਤਿ ਸ਼੍ਰੀ ਅਕਾਲ ਸਰ। ਸਰ ਮਤਲਬ ਜਿਹੜੀ ਆ ਲਾਈਟ ਨਹੀਂ ਹੈਗੀ, ਇਹਦੀ ਕੋਈ ਤੁਹਾਨੂੰ ਦਿੱਕਤ ਆ ਰਹੀ ਹੋਣੀ ਇਸ ਟਾਈਮ? ਲਾਈਟ ਤਾਂ ਹਨੇਰਾ ਤਾਂ ਹੈ ਹੀ ਸਰ। ਹਨੇਰਾ ਤੇ ਕੀ ਮਤਲਬ ਤੁਹਾਨੂੰ ਵਧੀਆ ਲੱਗ ਰਿਹਾ ਕਿਉਂਕਿ ਲੋਕਾ ਪਾਰਕ ਹੈਗਾ ਇੱਥੇ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਲਾਈਟ ਦੀ ਵਿਵਸਥਾ ਤਾਂ ਹੋਣੀ ਚਾਹੀਦੀ ਵੈਸੇ, ਕਿਉਂਕਿ ਮਤਲਬ ਤੁਸੀਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ? ਨਹੀਂ ਤਾਂ ਕੀ ਕਰਨੇ, ਦਾਦੇ ਘੁੰਮਣ ਆ ਜਾਂਦੇ ਆ, ਘੁੰਮਣ ਆ ਜਾਂਦੇ। ਚਲੋ, ਕਿਉਂਕਿ ਦੇਖੋ ਕਾਫੀ ਜਾਣੇ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਲਾਈਟ ਹੋਣੀ ਚਾਹੀਦੀ ਆ ਕਿਉਂਕਿ ਹਨੇਰੇ ਤੱਕ ਜਿਹੜਾ ਵਾ ਉਹ ਮਤਲਬ ਕਿ ਇੱਥੇ ਕੋਈ ਨਾ ਕੋਈ ਆਪਣੀ ਐਕਟੀਵਿਟੀਜ਼ ਕਰਨਾ ਚਾਹੁੰਦੇ ਨੇ, ਕਿਉਂਕਿ ਤੁਸੀਂ ਇਹਨਾਂ ਨਾਲ ਵੀ ਗੱਲ ਕਰੋਗੇ। ਹਾਂਜੀ, ਤੁਸੀਂ ਕੀ ਕਹੋਗੇ ਸਰ? ਨਮਸਕਾਰ ਸਰ। ਨਮਸਕਾਰ ਜੀ। ਮਤਲਬ ਜਿਸ ਤਰ੍ਹਾਂ ਲਾਈਟ ਇੱਥੇ ਬੰਦ ਆ ਤੁਹਾਨੂੰ ਦਿੱਕਤ ਆ ਰਹੀ ਹੈ ਨਾ? ਦਿੱਕਤ ਜੀ ਇਹ ਕੀੜੇ ਮਕੌੜੇ ਜਾਨਵਰ ਕੋਈ ਲੜ ਲੜ ਜਾਏ ਔਰ ਅੰਧੇਰਾ ਅੰਧੇਰਾ ਹੀ ਹੁੰਦਾ ਹੈ। ਠੀਕ ਹੈ ਜੀ। ਰੋਸ਼ਨੀ ਹੋਏ ਤਾਂ ਬੰਦਾ ਘੁੰਮ ਲੈਂਦਾ ਥੋੜ੍ਹਾ। ਦੇਖੋ ਇਹਨਾਂ ਨੇ ਬੜੀ ਵੱਡੀ ਗੱਲ ਕੀ ਹੈ ਕਿ ਮਤਲਬ ਕੋਈ ਕੀੜੇ ਮਕੌੜੇ ਲੜਨ ਦਾ ਵੀ ਡਰ ਹੈ। ਮਤਲਬ ਕਾਫੀ ਲੋਕ ਨੇ ਜਿਹੜੇ ਸਾਨੂੰ ਮਤਲਬ ਕਹਿ ਚੁੱਕੇ ਨੇ ਕਿ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਪਰ ਇੱਧਰ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਸੋ ਅਸੀਂ ਪ੍ਰਸ਼ਾਸਨ ਅੱਗੇ ਇਹਨਾਂ ਲੋਕਾਂ ਦੀ ਅਪੀਲ ਪਹੁੰਚਾਉਂਦੇ ਹਾਂ ਕਿ ਹਾਂ ਵੀ ਇੱਕ ਲੌਤਾ ਪਾਰਕ ਆ ਫਿਸ਼ ਪਾਰਕ ਜੋ ਕਿ ਮੇਨ ਸਿਟੀ ਦੇ ਵਿੱਚ ਆ, ਅਤੇ ਸੋ ਲੋਕਾਂ ਨੇ ਆਪਣੇ ਆਪ ਨੂੰ ਫਿੱਟ ਕਰਨਾ, ਕਿਉਂਕਿ ਆਮ ਅਸੀਂ ਕਹਿੰਦੇ ਹਾਂ ਕਿ ਸਾਰੇ ਡਾਕਟਰ ਕਹਿੰਦੇ ਕਿ ਤੁਸੀਂ ਸੈਰ ਕਰੋ ਮਾਰਨਿੰਗ ਅਤੇ ਈਵਨਿੰਗ ਵਾਕ ਕਰੋ, ਜੇ ਇੱਥੇ ਲਾਈਟ ਹੀ ਨਹੀਂ ਹੋਏਗੀ ਤਾਂ ਉਹ ਵਿਅਕਤੀ ਮਤਲਬ ਕਿਵੇਂ ਸੈਰ ਕਰਨਗੇ, ਕਿਉਂਕਿ ਆਮ ਤੌਰ 'ਤੇ ਕੰਮ ਕਾਜ ਵਾਲੇ ਜਿਹੜੇ ਹੈਗੇ ਨੇ ਵਿਅਕਤੀ ਉਹ ਰਾਤ ਨੂੰ ਹੀ ਫ੍ਰੀ ਹੁੰਦੇ ਨੇ, ਅਤੇ 7 ਵਜੇ ਤੋਂ ਬਾਅਦ ਇੱਥੇ ਸੈਰ ਕਰਨੀ ਬਹੁਤ ਔਖੀ ਆ ਕਿਉਂਕਿ ਤੁਹਾਨੂੰ ਵੀ ਪਤਾ ਕਿ ਪਾਰਕ ਕਿੱਥੇ ਆ, ਹਰ ਸਾਈਡ 'ਤੇ ਮਤਲਬ ਕਿਸੇ ਨਾ ਕਿਸੇ ਅਫਸਰ ਦੀਆਂ ਕੋਠੀਆਂ ਨੇ। ਸੋ ਅਸੀਂ ਪ੍ਰਸ਼ਾਸਨ ਅੱਗੇ ਵੀ ਇਹ ਬੇਨਤੀ ਕਰਾਂਗੇ ਕਿ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿੱਤਾ ਜਾਏ, ਕਿਉਂ ਕਿਉਂਕਿ ਲੋਕ ਪੈਸੇ ਜ਼ਿਆਦਾ ਖਰਚ ਕੇ ਆਪਣੇ ਆਪ ਨੂੰ ਜਿਮ 'ਚ ਜਾ ਕੇ ਫਿੱਟ ਨਹੀਂ ਕਰ ਸਕਦੇ ਕਿਉਂਕਿ ਇੱਕ ਲੌਤਾ ਸਾਧਨ ਆ ਇੱਥੇ ਸੈਰ ਦਾ। ਸੋ ਅਸੀਂ ਮਸਕੇ ਸ਼ਸਕੇ ਵੱਲੋਂ ਵੀ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਅਤੇ ਉਹਨਾਂ ਦੇ ਵਿਊ ਵੀ ਲਵਾਂਗੇ ਕਿ ਕਾਰਨ ਆ ਕਿ ਜਿਹੜੀ ਇੱਥੇ ਲਾਈਟ ਜਿਹੜੀਆਂ ਉਹ ਨਹੀਂ ਜਗ ਰਹੀਆਂ, ਕਿਉਂਕਿ ਇੱਥੇ ਇੱਕ ਫਲੱਡ ਲਾਈਟ ਵੀ ਸੀ ਜਿਹੜੀਆਂ ਬਹੁਤ ਵੱਡੀਆਂ ਸੀ ਉਹ ਵੀ ਬੰਦ ਸੀ ਕਿਉਂਕਿ ਉਹ ਜਦੋਂ ਜਗਦੀਆਂ ਸੀ ਤਾਂ ਇੱਥੇ ਇੱਕਦਮ ਰੋਸ਼ਨੀ ਸੀ, ਅਤੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਆ। ਅਤੇ ਸੋ ਅਸੀਂ ਵੀ ਅੱਜ ਹਨੇਰੇ 'ਚ ਹੀ ਵੀਡੀਓ ਬਣਾ ਰਹੇ ਹਾਂ। ਹਾਂ, ਇੱਕ ਸਾਈਡ 'ਤੇ ਲਾਈਟਾਂ ਜ਼ਰੂਰ ਜਗ ਰਹੀਆਂ ਨੇ ਪਰ ਇੱਥੇ ਮੋਸਟਲੀ ਜਿਹੜੀ ਉਹ ਬੰਦ ਆ ਜਿੱਥੇ ਜ਼ਿਆਦਾ ਜ਼ਰੂਰਤ ਸੀ। ਸੋ ਦੇਖਦੇ ਰਹੋ ਮਸਕਾ ਚਸਕਾ ਟਾਈਮ ਗੁਰਦਾਸਪੁਰ।